ਸ਼੍ਰੀਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਰਣਵੀਰ ਕੌਰ ਭੰਗੂ, ਮੈਂ ਤੁਹਾਡੀ ਪਿਆਰੀ ਬੇਟੀ ਰਣਵੀਰ ਕੌਰ ਭੰਗੂ। ਤਾਂ ਦੋਸਤੋ, ਮੈਂ ਅੱਜ ਤੁਹਾਨੂੰ ਇੱਕ ਸੌਂਗ ਸੁਣਾਉਣ ਜਾ ਰਹੀ ਹਾਂ ਜਿਹੜਾ ਕਿ ਸਾਡੇ ਸਕੂਲ 'ਚ ਸਾਡੇ ਟੀਚਰਾਂ ਨੇ ਸਾਨੂੰ ਕਰਵਾਇਆ ਗਾ ਪੇਕੀ ਸਹੁਰੇ, ਉਹ ਵਾਲਾ ਸੌਂਗ ਮੈਂ ਗਾ ਕੇ ਸੁਣਾਉਣੀ ਹਾਂ ਜਿੰਨਾ ਮਤਲਬ ਮੈਨੂੰ। ਪਲੀਜ਼, ਮੈਂ ਫਸਟ ਟਾਈਮ ਗਾ ਰਹੀ ਹਾਂ, ਮੈਂ ਕਦੇ ਗਾਇਆ ਨਹੀਂ, ਤਾਂ ਪਲੀਜ਼ ਠੀਕ ਹੈ। ਜੰਮਣੋ ਲੈ ਕੇ ਮਰਨੇ ਤੱਕ ਅਸੀਂ ਦੋ ਪਾਸੇ ਵੰਡੀਆਂ, ਪੇਕੇ ਸਹੁਰੇ ਦੋ ਘਰ ਸਾਡੇ ਫਿਕਰਾਂ ਵਿੱਚ ਲੰਘੀਆਂ, ਸਿਆਣਪਾ ਤੇ ਨਾਲ ਰਹਿਣਾ ਔਖਾ ਹੱਡ ਹੰਡਾ ਲਈਦੇ, ਖਾਨਦਾਨ ਦੀ ਸ਼ਾਨ ਦੀ ਖਾਤਰ ਚਾ ਗਵਾ ਲਈਦੇ, ਸੁੱਤੀ ਪੱਗ ਬਾਪੂ ਦੀ ਮੁੱਛ ਵੀ ਰੇਤ ਤੇ ਉਤਵਾ ਮਾਰੀਦਾ, ਮਰ ਕੇ ਕਬਰ ਉੜੀ ਕੇ ਪੇਕਿਆਂ ਦਾ ਹੋਰ ਕੁਝ ਨੀ ਚਾਹੀਦਾ, ਮਰ ਕੇ ਕਬਰ ਉੜੀ ਕੇ ਪੇਕਿਆਂ ਦਾ ਹੋਰ ਕੁਝ ਨੀ ਚਾਹੀਦਾ, ਸੁੱਖਾਂ ਸੁੱਖ ਦੀ ਬਾਬੂ ਲਈ ਖੇਡੇ ਪੋਤੇ ਪੋਤੀਆਂ ਚ, ਮੁੱਕੇ ਨਾ ਕਦੇ ਬਰਖ ਤੇ ਅਮੜੀ ਮੇਰੀ ਨੀਆਂ ਕੋਠੀਆਂ ਚ, ਫਿਕਰਾਂ ਵਿੱਚ ਸਦਾ ਨਾਮ ਰਹੇ ਮੇਰੇ ਰਾਜੇ ਦਾਦੇ ਦਾ, ਭੈਣ ਭਾਈਆਂ ਵਿੱਚ ਸੋਚਿਆ ਨੀ ਜਿਹਨੇ ਘਾਟੇ ਵਾਧੇ ਦਾ, ਕਰਮਾਂ ਵਾਲਾ ਬੰਦਾ ਜੋ ਪਿੱਠ ਪਿੱਛੇ ਸਲਾਹੀ ਦਾ, ਮਰ ਕੇ ਕਬਰ ਉੜੀਕਿਆਂ ਪੇਕਿਆਂ ਦਾ ਹੋਰ ਕੁਝ ਨੀ ਚਾਹੀਦਾ, ਫਿਰ ਵੀ ਕਬਰ ਉੜੀਕਿਆਂ ਪੇਕਿਆਂ ਦਾ ਹੋਰ ਕੁਝ ਨੀ ਚਾਹੀਦਾ। ਦੋਸਤੋ ਹੈ ਨਾ, ਸੋਰੀ ਮੈਥੋਂ ਨਾ, ਮੈਂ ਫਸਟ ਟਾਈਮ ਗਾ ਰਹੀ ਹਾਂ ਨਾ, ਮੈਂ ਕਦੇ ਗਾਇਆ ਨਹੀਂ ਪਹਿਲਾਂ, ਉਹ ਟਾਈਮ ਜਿੱਥੇ ਹੈ ਨਾ ਕਬਰ ਬੋਲਿਆ ਉਹ ਕਫਨ ਹੈਗਾ। ਚਲੋ ਹੋਰ ਆਪਾਂ ਅਗਲਾ ਪੈਰੇ ਦਾ ਆਨੰਦ ਲੈਂਦੇ ਹੈਗੇ। ਭਾਬੀਆਂ ਦੱਸਦੀਆਂ ਨੂੰ ਸੱਸਾਂ ਦੇ ਘਰ ਕਿੱਦਾਂ ਰਹਿਣਾ ਏ, ਸੰਗ ਸ਼ਰਮ ਰੱਖੀ ਪੱਲੇ ਤੇਰਾ ਪਹਿਲਾ ਗਹਿਣਾ ਏ, ਦੁੱਧ ਤੇ ਖੂਨ ਦੇ ਰਿਸ਼ਤੇ ਨੂੰ ਨੀ ਦਿਲ ਤੋਂ ਲਾਹੀਦਾ, ਮਰ ਕੇ ਕਫਨ ਉੜੀਕੇ ਪੇਕਿਆਂ ਦਾ ਹੋਰ ਕੁਝ ਨੀ ਚਾਹੀਦਾ, ਫਿਰ ਵੀ ਕਫਨ ਉੜੀਕੇ ਪੇਕਿਆਂ ਦਾ ਹੋਰ ਕੁਝ ਨੀ ਚਾਹੀਦਾ। ਧੰਨਵਾਦ। ਤਾਂ ਦੋਸਤੋ, ਇਹ ਕਿਹਦੀ ਆਵਾਜ਼ ਤੁਹਾਨੂੰ ਮੈਂ ਦੱਸਦੀ ਹਾਂ, ਇਹ ਇੱਕ ਧੀ ਆ ਜਿਹੜੀ ਕਿ ਵਿਆਹੀ ਹੋਈ ਆ, ਉਹਦੇ ਦੋ ਘਰ ਹੁੰਦੇ ਆ ਪੇਕੇ ਸਹੁਰੇ, ਠੀਕ ਹੈ। ਇੱਕ ਉਹਦੀ ਦਿਲ ਦੀ ਆਵਾਜ਼ ਆ ਗਈ, ਉਹ ਆਪਣੇ ਜਿਹੜੇ ਮਨ ਦੇ ਹੁੰਦੇ ਹੈਗੇ ਹਾਵ ਭਾਵ, ਉਹ ਦੂਜਾ ਆਪਾਂ ਨੂੰ ਪ੍ਰੈਕਟ ਕਰਦੀ ਹੈਗੀ, ਜਿਵੇਂ ਕਿ ਬੋਲੀ ਜਿਸ ਨੂੰ ਆਉਂਦੇ ਹਨ, ਉਹ ਉੱਦਾਂ ਦਾ ਕੁਛ ਹੁੰਦਾ ਹੈ। ਠੀਕ, ਧੰਨਵਾਦ।